2024 जिहड़ी आ खाण पीण दी जिहड़ियां चीज़ां ने ਉਹ ਪਹਿਲਾਂ ਨਾਲੋਂ ਤੇ ਘੱਟ ਮਹਿੰਗੀਆਂ ਹੋਣਗੀਆਂ, ਪਰ ਫਿਰ ਵੀ ਅਸੀਂ ਦੱਸ ਦਈਏ ਕਿ 2023 ਦੇ ਵਿੱਚ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਸੀਗੀਆਂ। ਔਰ ਇਹ ਵੀ ਖਬਰ ਆ ਰਹੀ ਹੈ ਜਿਹੜੀ ਇੱਕ ਨਵੀਂ 14th ਐਨੂਅਲ ਰਿਪੋਰਟ ਜਿਹੜੀ ਹੈ ਡਲਹੌਜ਼ੀ ਯੂਨੀਵਰਸਿਟੀ ਦੁਆਰਾ ਔਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੁਆਰਾ, ਯੂਨੀਵਰਸਿਟੀ ਆਫ ਕਲਫ ਦੁਆਰਾ, ਯੂਨੀਵਰਸਿਟੀ ਆਫ ਸੈਸਕੋਚੋਨ, ਇਹਨਾਂ ਸਾਰਿਆਂ ਨੇ ਜਿਹੜੀ ਕੰਬਾਈਂਡ ਇੱਕ ਰਿਪੋਰਟ ਤਿਆਰ ਕੀਤੀ ਹੈ ਗਰੋਸਰੀ ਦੇ ਉੱਤੇ। ਇਹ ਸਾਡੇ ਸਾਰਿਆਂ ਦੇ ਉੱਤੇ ਅਸਰ ਪੈਣੀ ਹੈ ਰਿਪੋਰਟ, ਇਸ ਲਈ ਅਸੀਂ ਇਹਨੂੰ ਪਹਿਲ ਦੇ ਆਧਾਰ ਦੇ ਉੱਤੇ ਖਬਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਗਲੇ ਸਾਲ ਜਿਹੜੇ ਐਵਰੇਜ ਗਰੋਸਰੀ ਦਾ ਬਿੱਲ ਹੈ ਉਹ $700 ਵੱਧ ਜਾਏਗਾ। ਇੱਕ ਐਵਰੇਜ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਜਿਹੜਾ ਟੋਟਲ ਸਾਲਾਨਾ ਬਿੱਲ ਹੈਗਾ ਉਹ ਤਕਰੀਬਨ $15,500 ਇੱਕ ਐਵਰੇਜ ਗਰੋਸਰੀ ਦਾ ਜਿਹੜਾ ਬਿੱਲ ਆਏਗਾ। ਇਹਦੇ ਵਿੱਚ ਜਦੋਂ ਇਹ ਗੱਲ ਕਰਦੇ ਹਾਂ ਕਿ ਐਵਰੇਜ $15,500 ਇਹਦੇ ਵਿੱਚ ਫੈਮਿਲੀ ਆਫ ਫੋਰ ਦੀ ਗੱਲ ਕਰ ਰਹੇ ਨੇ ਵੀ ਦੋ ਪੇਰੈਂਟਸ ਨੇ ਔਰ ਦੋ ਉਹਨਾਂ ਦੇ ਟੀਨੇਜ ਬੱਚੇ ਨੇ, ਸੋ ਉਹਦੇ ਮੁਤਾਬਿਕ ਉਹ ਇਹ ਮੰਨ ਕੇ ਚੱਲਦੇ ਨੇ ਕਿ $15,500 ਐਵਰੇਜ ਬਿੱਲ ਆਏਗਾ ਜੋ ਇਸ ਸਾਲ ਤੋਂ $700 ਅਗਲੇ ਸਾਲ ਜ਼ਿਆਦਾ ਹੋਏਗਾ ਗਰੋਸਰੀ ਦਾ ਬਿੱਲ।